ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਵਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਚੈਨਲ ਹੈ ਇਹ ਮੈਂ ਤੁਹਾਡੀ ਹੈਲਪਲੀ ਬਣਾਇਆ ਤੇ ਤੁਹਾਨੂੰ ਹਰ ਟਾਈਮ ਮੋਟੀਵੇਟ ਤੇ ਅਪਡੇਟ ਰੱਖਣ ਲਈ ਬਣਾਇਆ ਦੋਸਤੋ ਇਸ ਚੈਨਲ ਤੇ ਮੈਂ ਤੁਹਾਨੂੰ ਬਿਲਕੁਲ ਆਥੈਂਟਿਕ ਇਨਫੋਰਮੇਸ਼ਨ ਦਿੰਨਾ ਹੈ ਸੇਮ ਐਦਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਅਪਡੇਸ਼ਨ ਮਿਲਣ ਗਿਆ ਉਹ ਬਹੁਤ ਪੋਜ਼ਿਟਿਵ ਅਪਡੇਸ਼ਨ ਮਿਲਣ ਗਿਆ ਸਾਰੀਆਂ ਅਪਾਉ ਪੋਜ਼ਿਟਿਵ ਅਪਡੇਟਸ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹਦੇ ਨਾਲ ਕੀ ਤੁਹਾਨੂੰ ਲੱਗੂਗਾ ਕਿ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲਗਾਇਆ ਹੋਇਆ ਏ ਤੇ ਤੁਸੀਂ ਆਪਣੇ ਰਿਜ਼ਲਟ ਦੀ ਵੀ ਵੇਟ ਕਰ ਰਹੇ ਹੋ ਤਾਂ ਹੁਣ ਤੁਹਾਡੇ ਲਈ ਬਹੁਤ ਚੰਗਾ ਮੌਕਾ ਤੇ ਬਹੁਤ ਚੰਗਾ ਸਮਾਂ ਆਉਣ ਵਾਲਾ ਏ ਉਹ ਸਾਰੇ ਦੋਸਤ ਜੋ ਕਿ ਵੇਟ ਕਰ ਰਹੇ ਨੇ ਕਿ ਮੈਂ ਆਪਣੀ ਕੈਨੇਡਾ ਦੀ ਫਾਈਲ ਕਦੋਂ ਲਗਾਵਾਂ ਤੇ ਕਦੋਂ ਮੇਰਾ ਰਿਜ਼ਲਟ ਆਵੇ ਉਹਨਾਂ ਸਾਰਿਆਂ ਨੂੰ ਇਹੀ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਕਲੈਰਿਟੀ ਹੋ ਜੂਗੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕੈਨੇਡਾ ਦੇ ਬਾਰਡਰਸ ਕਦੋਂ ਰੀਓਪਨ ਹੋ ਸਕਦੇ ਨੇ ਉਸ ਤੋਂ ਬਾਅਦ ਵੈਕਸੀਨੇਸ਼ਨ ਤੇ ਆਪਾਂ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਸਟੂਡੈਂਟ ਨੂੰ ਇਸ ਟਾਈਮ ਵੈਕਸੀਨੇਟ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਉਹਨਾਂ ਨੂੰ ਆਪਣੀ ਵੈਕਸੀਨੇਸ਼ਨ ਦੀ ਅਪਾਇੰਟਮੈਂਟ ਐਸ ਸੂਨ ਐਸ ਪੋਸੀਬਲ ਲੈ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਟਰੈਵਲ ਤੇ ਗੱਲ ਕਰਾਂਗੇ 에ਅਰ ਟਰੈਵਲ ਤੇ ਚਾਹੇ 에ਅਰ ਕੈਨੇਡਾ ਨੂੰ ਲੈ ਕੇ ਹੋਵੇ ਜਾਂ ਫਿਰ 에ਅਰ ਇੰਡੀਆ ਨੂੰ ਲੈ ਕੇ ਹੋਵੇ ਐਂਡ ਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ ਕਿ ਜਿਵੇਂ ਯੂਐਸਏ ਤੇ ਯੂਕੇ ਬਹੁਤ ਅੱਗੇ ਨਿਕਲ ਚੁੱਕੇ ਨੇ ਕੈਨੇਡਾ ਤੋਂ ਜਿਵੇਂ ਯੂਐਸਏ ਨੇ ਐਲਾਨ ਕਰਤਾ ਕਿ ਜਿਹੜੇ ਵੀ ਬੰਦੇ ਨੂੰ ਸੈਕੰਡ ਸ਼ਾਟ ਲੱਗ ਗਿਆ ਉਹ ਬੰਦੇ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਤੇ ਯੂਕੇ ਆਪਾਂ ਦੇਖ ਰਹੇ ਹਾਂ ਕਿ ਹੌਲੀ-ਹੌਲੀ ਯੂਕੇ ਨੇ ਸਾਰਾ ਹੀ ਓਪਨ ਹੋਣਾ ਸ਼ੁਰੂ ਕਰਤਾ ਤੇ ਅੱਜ 17 ਤਰੀਕ ਨੂੰ ਜਿਹੜਾ ਯੂਕੇ ਹੈ ਉਹ ਕੰਪਲੀਟਲੀ ਓਪਨ ਹੋ ਚੁੱਕਿਆ ਹੈ ਜਿਹੜੀਆਂ ਉੱਥੇ ਯੂਨੀਵਰਸਿਟੀਆਂ ਨੇ ਯੂਨੀਵਰਸਿਟੀਆਂ ਵੀ ਜਿਹੜੀਆਂ ਹੈਗੀਆਂ ਨੇ ਕੰਪਲੀਟਲੀ ਓਪਨ ਹੋ ਗਈਆਂ ਤੇ ਉੱਥੇ ਫੇਸ ਟੂ ਫੇਸ ਕਲਾਸਿਸ ਸਟਾਰਟ ਹੋ ਗਈਆਂ ਦੋਸਤੋ ਇਸ ਗੱਲ ਨੂੰ ਆਪਾਂ ਕੈਨੇਡਾ ਨਾਲ ਲਿੰਕ ਕਰਾਂਗੇ ਕੈਨੇਡਾ ਦੇ ਜਿਹੜੇ ਅਪਡੇਟਸ ਨੇ ਬਹੁਤ ਹੀ ਪੋਜ਼ਿਟਿਵ ਅਪਡੇਟਸ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਜੇ ਤਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਥੇ ਬਿਲਕੁਲ ਮੈਂ ਤੁਹਾਨੂੰ ਅਪਡੇਟ ਇਨਫੋਰਮੇਸ਼ਨ ਦਿੰਨਾ ਹੈ ਤੇ ਆਥੈਂਟਿਕ ਇਨਫੋਰਮੇਸ਼ਨ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲੀ ਜਿਹੜੀ ਨਿਊਜ਼ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਜਿਨ੍ਹਾਂ ਨੇ ਕੀ ਡਿਕਲੇਅਰ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਹੁਣ ਕੋਵਿਡ ਦੇ ਕੇਸਿਸ ਹੁਣ 3000 ਤੇ ਆ ਗਈ ਹੈ ਤੇ 3000 ਤੋਂ ਵੀ ਡੇ ਬਾਈ ਡੇ ਡਾਊਨ ਜਾ ਰਹੇ ਨੇ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਨੇ ਇੰਡੀਆ ਤੇ ਪਾਕਿਸਤਾਨ ਤੋਂ ਫਲਾਈਟ ਸਬੰਧ ਕੀਤੀਆਂ ਨੇ ਉਹਨਾਂ ਕੋਲ ਕੋਵਿਡ ਦੇ ਕੇਸਿਸ ਬਹੁਤ ਘਟ ਆ ਰਹੇ ਨੇ ਮੋਸਟਲੀ ਕੇ ਜਿਹੜੀਆਂ ਫਲਾਈਟਸ ਨੇ ਉਹ ਯੂਰਪ ਤੇ ਯੂ ਐਸ ਏ ਤੋਂ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਕੇਸਿਸ ਨੇ ਜਿਹੜੇ ਬਹੁਤ ਘੱਟ ਆ ਰਹੇ ਨੇ ਸੋ ਦੋਸਤੋ ਇੱਥੋਂ ਆਪਾਂ ਨੂੰ ਕਲੀਅਰਲੀ ਇਹ ਸ਼ੋ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਕੇਸਿਸ ਘੱਟ ਹੋਣਗੇ ਤਾਂ ਕੈਨੇਡਾ ਵੀ ਬਾਕੀ ਕੰਟਰੀਜ਼ ਵਾਂਗ ਸਟੈਪ ਵਾਈਜ਼ ਸਟੈਪ ਓਪਨ ਹੋਊਗਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਯੂ ਐਸ ਏ ਤੇ ਯੂ ਕੇ ਆਲਰੇਡੀ ਕੈਨੇਡਾ ਤੋਂ ਬਹੁਤ ਸਟੈਪ ਅੱਗੇ ਨਿਕਲ ਚੁੱਕੇ ਨੇ ਸੇਮ ਉਦਾਂ ਹੀ ਕੈਨੇਡਾ ਵੀ ਬਹੁਤ ਵੱਡਾ ਪਲਾਨ ਬਣਾ ਰਿਹਾ ਕਿ ਆਪਾਂ ਕਿਦਾਂ ਸਟੈਪ ਬਾਈ ਸਟੈਪ ਅੱਗੇ ਨਿਕਲ ਸਕਦੇ ਹਾਂ ਕਿਦਾਂ ਆਪਾਂ ਜਿਹੜੇ ਦੇ ਵਿੱਚ ਲਾਕਡਾਊਨ ਨੂੰ ਆਪਾਂ ਖੋਲ ਸਕਦੇ ਆ ਆਪਣੀ ਕੰਟਰੀ ਦੇ ਵਿੱਚ ਦੋਸਤੋ ਲਾਸਟ ਟਾਈਮ ਆਪਾਂ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਜੋ 온ਟਾਰੀਓ ਦੇ ਪ੍ਰੀਮੀਅਰ ਨੇ ਡੱਕਫੋਰਡ ਉਹਨਾਂ ਨੇ ਕਿਹਾ ਸੀ ਕਿ ਅਸੀਂ 온ਟਾਰੀਓ ਨੂੰ ਬੈਨ ਰੱਖਾਂਗੇ ਬਟ ਹੁਣ ਉਹਨਾਂ ਵੱਲੋਂ ਵੀ ਇੱਕ ਸਟੇਟਮੈਂਟ ਆਈ ਹੈ ਕਿ ਜਿਵੇਂ ਜਿਵੇਂ ਕੋਵਿਡ ਦੇ ਕੇਸਿਸ ਘਟਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮਰ ਇਨਟੇਕ ਤੱਕ ਜਿਹੜੀਆਂ ਕਲਾਸਿਸ ਨੇ 온ਟਾਰੀਓ ਦੇ ਵਿੱਚ ਉਹ ਫੇਸ ਟੂ ਫੇਸ ਕਲਾਸਿਸ ਹੋਣ ਮੀਨਸ ਕੀ ਆਫਲਾਈਨ ਕਲਾਸਿਸ ਤੁਸੀਂ ਲਗਾ ਸਕਦੇ ਹੋ ਜਿੰਨੇ ਵੀ ਸਟੂਡੈਂਟਸ ਕੈਨ ਦੇ ਵਿੱਚ ਨੇ ਜਾਂ ਇਥੋਂ ਇੰਡੀਆ ਤੋਂ ਕੈਨੇਡਾ ਟਰੈਵਲ ਕਰਨਗੇ ਸਮਰ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਕਲਾਸਿਸ ਨੇ ਉਹ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਜਾ ਕੇ اٹੈਂਡ ਕਰਨੀਆਂ ਪੈਣਗੀਆਂ ਸੋ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਜਾਰੀ ਨੇ ਕਿ ਆਪਾਂ ਕਿਦਾਂ ਸਾਰਾ ਕੁਝ ਨਾਰਮਲ ਲੈ ਕੇ ਆ ਸਕਦੇ ਆ ਦੋਸਤੋ ਦੂਜੀ ਜਿਹੜੀ ਅਪਡੇਟ ਆਪਾਂ ਗੱਲ ਕਰਾਂਗੇ ਉਹ 에ਅਰ ਕੈਨੇਡਾ ਬਾਰੇ ਗੱਲ ਕਰਾਂਗੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 에ਅਰ ਕੈਨੇਡਾ ਨੇ ਜਿੰਨੀਆਂ ਵੀ ਫਲਾਈਟਸ ਸੀਗੀਆਂ ਉਹ ਚਾਹੇ ਮਈ ਦੇ ਵਿੱਚ ਸੀਗੀਆਂ ਚਾਹੇ ਜੂਨ ਦੇ ਵਿੱਚ ਉਹਨਾਂ ਨੂੰ ਕੈਨਸਲ ਕਰਤਾ ਸੀ ਬਟ ਹੁਣ 에ਅਰ ਕੈਨੇਡਾ ਨੇ ਸਟੂਡੈਂਟਸ ਨੂੰ ਜਾਂ ਜਿਹੜੇ ਵੀ ਪੈਸੇਂਜਰਸ ਨੇ ਉਹਨਾਂ ਨੂੰ ਮੇਲ ਕਰਨੀ ਸ਼ੁਰੂ ਕਰ ਕਿ ਉਹਨਾਂ ਨੇ ਫਲਾਈਟਸ ਜੇ ਤੁਹਾਡੀ ਫਲਾਈਟ ਵੀ ਰੀਸ਼ਡਿਊਲ ਹੋਈ ਹੈ ਤੁਹਾਨੂੰ ਈਮੇਲ ਰੀਸੀਵ ਹੋਈ ਹੈ ਤਾਂ ਪਲੀਜ਼ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਡੇਟ ਜ਼ਰੂਰ ਸ਼ੇਅਰ ਕਰਿਓ ਕਿ ਤੁਹਾਡੀ ਜਿਹੜੀ ਫਲਾਈਟ ਹੈ ਉਹ ਕਿਹੜੀ ਡੇਟ ਨੂੰ ਰੀਸ਼ਡਿਊਲ ਹੋਈ ਹੈ ਤਾਂ ਜੋ ਸਟੂਡੈਂਟਸ ਨੂੰ ਪਤਾ ਚੱਲ ਜੇ ਕਿ ਵੀ ਫਲਾਈਟਸ ਕਦੋਂ ਤੋਂ ਓਪਨ ਹੋਣ ਦੀ ਸੰਭਾਵਨਾ ਹੈ ਕਦੋਂ ਕੋ ਓਪਨ ਹੋਣਗੀਆਂ Air India ਵੱਲੋਂ ਫਿਲਹਾਲ ਹਲੇ ਕੋਈ ਵੀ ਅਪਡੇਟ ਨਹੀਂ ਹੈ ਕਿ ਫਲਾਈਟਸ ਕਦੋਂ ਸ਼ੁਰੂ ਹੋਣਗੀਆਂ ਜਾਂ Air India ਨੇ ਹਲੇ ਤੱਕ ਕੋਈ ਵੀ ਫਲਾਈਟ ਰੀਸ਼ਡਿਊਲ ਨਹੀਂ ਕੀਤੀ ਦੋਸਤੋ ਜੇ ਤੁਹਾਡੀ ਫਲਾਈਟ ਰੀਸ਼ਡਿਊਲ ਹੁੰਦੀ ਹੈ ਤਾਂ ਜ਼ਰੂਰ ਨੀਚੇ ਦੱਸੋ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲ ਸਕੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਵੈਕਸੀਨੇਸ਼ਨ ਦੀ ਵੈਕਸੀਨੇਸ਼ਨ ਦੇਖੋ ਜਿਵੇਂ ਕਿ ਆਲਰੇਡੀ ਕੈਨੇਡਾ ਦੇ ਪੀਐਮ ਟਰੂਡੋ ਜੀ ਨੇ ਕਿਹਾ ਸੀਗਾ ਕਿ ਜਿੰਨੇ ਵੀ ਇੱਥੇ ਟਰੈਵਲਰਸ ਨੇ ਜੇ ਉਹ ਵੈਕਸੀਨੇਟ ਹੋ ਕੇ ਆਣ ਤਾਂ ਇਹਦੇ ਵਿੱਚ ਕੈਨੇਡਾ ਨੂੰ ਹੈਲਪ ਮਿਲੂਗੀ ਕਿ ਇਸ ਸਪਰੈਡ ਨੂੰ ਰੋਕਣ ਦੀ ਸੋ ਜਿਵੇਂ ਕਿ ਆਪਾਂ ਆਪਣੀ ਇੰਡੀਆ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਵੀ ਆਪਣੀ ਜਿਹੜੀਆਂ ਗਵਰਨਮੈਂਟਸ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿ ਵੱਧ ਤੋਂ ਵੱਧ ਪਾਪੂਲੇਸ਼ਨ ਜਿਹੜੀ ਉਹ ਵੈਕਸੀਨੇਟ ਹੋ ਸਕੇ ਟਰੂਡੋ ਨੇ ਵੀ ਆਪਣੀ ਜਿਹੜੀ ਲਾਸਟ ਸਟੇਟਮੈਂਟ ਦੇ ਵਿੱਚ ਕਿਹਾ ਸੀ ਕਿ ਜੇ 75% ਉਹਦੀ ਪਾਪੂਲੇਸ਼ਨ ਜੇ 75% ਪਾਪੂਲੇਸ਼ਨ ਨੂੰ ਵੈਕਸੀਨੇਟ ਹੋ ਜਾਂਦੀ ਹੈ ਤਾਂ ਉਹ ਬਹੁਤ ਇਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਓਪਨ ਕਰ ਦੇਣਗੇ ਮੀਨਸ ਕੀ ਆਪਾਂ ਕਹੇ ਚਾਹੇ ਇੰਡੋਰ ਸਟੇਡੀਅਮ ਹੋ ਗਏ ਜਾਂ ਆਪਾਂ ਪਿਕਨਿਕ ਪਾਰਟੀਆਂ ਕੇ ਲਈ ਹਾਊਸ ਪਾਰਟੀਆਂ ਕੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪਲਾਨ ਕਰ ਰਹੇ ਕਿ ਓਪਨ ਕਰ ਦਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਪੋਪੂਲੇਸ਼ਨ ਵੈਕਸੀਨੇਟ ਹੋਵੇ ਸੋ ਇੱਕ ਗੱਲ ਹੋਰ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਵੈਕਸੀਨ ਪਾਸਪੋਰਟ ਦਾ ਬੜਾ ਅੱਜਕੱਲ ਬਹੁਤ ਵੀਡੀਓਜ਼ ਆ ਰਹੀਆਂ ਨੇ ਤੇ ਉਹਦੇ ਵਿੱਚ ਬਹੁਤ ਸਾਰਾ ਲੋਕਾਂ ਨੂੰ ਇਹ ਮਿਸ ਅੰਡਰਸਟੈਂਡਿੰਗ ਹੈ ਕਿ ਐਕਚੁਅਲ ਜੇ ਹੈ ਕੀ ਦੋਸਤੋ ਇਹ ਇਦਾਂ ਦਾ ਕੁਝ ਵੀ ਨਹੀਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਤੁਸੀਂ ਵੈਕਸੀਨੇਟ ਲਿੱਤੀ ਹੈ ਜਾਂ ਤੁਸੀਂ ਵੈਕਸੀਨੇਸ਼ਨ ਲਈ ਰਜਿਸਟਰ ਕਰਵਾਇਆ ਹੈ ਤਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਜਦੋਂ ਕੋਵਿਨ ਦੀ ਵੈਬਸਾਈਟ ਤੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਖੁਦ ਨੂੰ ਰਜਿਸਟਰ ਕਰਨਾ ਪੈਂਦਾ ਹੈ ਤੇ ਸੇਮ ਇਦਾਂ ਹੀ ਜਦੋਂ ਤੁਸੀਂ ਟਰੈਵਲ ਕਰਨਾ ਹੈ ਕਿਤੇ ਵੀ ਤਾਂ ਤੁਸੀਂ ਆਪਣੀ ਜਿਹੜੀ ਹੈਗੀ ਆ ਪਾਸਪੋਰਟ ਦੀ ਡਿਟੇਲ ਸ਼ੇਅਰ ਕਰਨੀ ਹੈ ਉੱਥੇ ਇੱਕ ਡਾਟਾਬੇਸ ਸਿਸਟਮ ਬਣਾਉਣਗੇ ਜਿਹਦੇ ਵਿੱਚ ਕੀ ਤੁਹਾਡੀ ਜਿਹੜੀ ਵੈਕਸੀਨੇਸ਼ਨ ਆ ਉਹ ਅਪਡੇਟ ਹੋਊਗੀ ਉਹਦੇ ਥਰੂ ਹੀ ਤੁਸੀਂ ਟਰੈਵਲ ਕਰ ਸਕਦੇ ਹੋ ਵੀਜ਼ਾ ਆਫੀਸਰ ਨੂੰ ਜਾਂ ਜਿਹੜਾ ਇਮੀਗ੍ਰੇਸ਼ਨ ਆਫੀਸਰ ਆ ਉਹਨੂੰ ਪਤਾ ਲੱਗ ਸਕੇ ਕਿ ਇਹ ਜਿਹੜਾ ਟਰੈਵਲਰ ਹੈ ਇਹ ਵੈਕਸੀਨੇਟ ਹੋਇਆ ਹੈ ਕਿ ਨਹੀਂ ਹੋਇਆ ਹੈ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਦੋ ਤੋਂ ਤਿੰਨ ਤਰ੍ਹਾਂ ਦੀ ਵੈਕਸੀਨੇਸ਼ਨ ਜਿਹੜੀ ਹੋ ਰਹੀ ਹੈ ਤੇ ਅੱਗੇ ਵੀ ਕੁਝ ਰਸ਼ੀਆ ਤੋਂ ਵੈਕਸੀਨੇਸ਼ਨ ਆਈਆਂ ਨੇ ਕੁਝ ਪੀਫਾਈਜ਼ਰ ਦੀਆਂ ਬਹੁਤ ਸਾਰੀਆਂ ਡੋਜ਼ਿਸ ਮੰਗਵਾਈਆਂ ਨੇ ਇੰਡੀਅਨ ਗਵਰਨਮੈਂਟ ਨੇ ਹੋਰ ਵੀ ਬਹੁਤ ਸਾਰੀਆਂ ਵੈਕਸੀਨ ਨੇ ਚਾਰ ਤੋਂ ਪੰਜ ਤਰ੍ਹਾਂ ਦੀਆਂ ਵੈਕਸੀਨੇਸ਼ਨ ਇੰਡੀਆ ਦੇ ਵਿੱਚ ਨੇ ਬਟ ਮੇਨਲੀ ਇੰਡੀਆ ਦੇ ਵਿੱਚ ਦੋ ਵੈਕਸੀਨੇਸ਼ਨਸ ਹੀ ਲੱਗ ਰਹੀਆਂ ਨੇ ਕੋਵੀ ਸ਼ੀਲਡ ਤੇ ਕੋਵੈਕਸਿਨ ਦੋਨਾਂ ਦੀਆਂ ਹੀ ਦੋ-ਦੋ ਡੋਜ਼ਿਸ ਨੇ ਦੋਸਤੋ ਕੈਨੇਡਾ ਦੇ ਪੀਐਮ ਨੇ ਆਪਣੇ ਟਵਿੱਟਰ ਦੇ ਵਿੱਚ ਇਹ ਚੀਜ਼ ਸ਼ੇਅਰ ਕੀਤੀ ਸੀ ਕਿ ਜੇ ਤੁਸੀਂ ਜਿਹੜੀ ਹੈਗੀ ਹੈ ਵੈਕਸੀਨੇਟ ਹੈਗੇ ਉਹ ਤਾਂ ਤੁਸੀਂ ਕੰਪਲੀਟ ਵੈਕਸੀਨੇਟ ਕਦੋਂ ਮੰਨੇ ਜਾਉਂਗੇ ਦੋਸਤੋ ਜਦੋਂ ਤੁਸੀਂ ਆਪਣੀ ਸੈਕਿੰਡ ਡੋਜ਼ ਲੈ ਲਈ ਤੇ ਸੈਕਿੰਡ ਡੋਜ਼ ਤੋਂ 2 ਵੀਕ ਬਾਅਦ ਤੁਸੀਂ ਕੰਪਲੀਟ ਵੈਕਸੀਨੇਟ ਮੰਨੇ ਜਾਉਂਗੇ ਮੀਨਸ ਕਿ ਤੁਸੀਂ ਟਰੈਵਲ ਕਰਨਾ ਹੈ ਜੇ ਤੁਸੀਂ ਅੱਜ ਟਰੈਵਲ ਕਰਨਾ ਹੈ ਤਾਂ ਤੁਹਾਡੀ ਵੈਕਸੀਨੇਸ਼ਨ 2 ਹਫ਼ਤੇ ਪਹਿਲਾਂ ਦੀ ਹੋਣੀ ਚਾਹੀਦੀ ਹੈ ਸੋ ਸਟੂਡੈਂਟਸ ਨੂੰ ਮੇਰੀ ਸਲਾਹ ਇਹ ਕਿ ਜੇ ਤੁਸੀਂ ਹਲੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ ਯਾ ਤੁਸੀਂ ਬਹੁਤ ਸਾਰੇ ਵਹਿਮਾਂ ਭਰਮਾਂ ਚੋਂ ਕਿ ਜੀ ਵੈਕਸੀਨੇਸ਼ਨ ਲਾ ਕੇ ਬੰਦਾ ਬਿਮਾਰ ਹੋ ਜਾਂਦਾ ਏ ਜਾਂ ਜੀ ਅਸੀਂ ਤਾਂ ਵੈਕਸੀਨੇਸ਼ਨ ਨਹੀਂ ਕਰਾਣੀ ਇਹ ਗਵਰਨਮੈਂਟ ਵੱਲੋਂ ਐਦਾਂ ਏ ਉਦਾਂ ਏ ਜਾਂ ਵੈਕਸੀਨੇਸ਼ਨ ਸਹੀ ਨਹੀਂ ਹੈਗੀ ਤਾਂ ਪਲੀਜ਼ ਦੋਸਤੋ ਵੈਕਸੀਨੇਸ਼ਨ ਕਰਵਾ ਲਓ ਕਿਉਂਕਿ ਇਹ ਹੀ ਇੱਕ ਆਪਣੇ ਕੋਲ ਆਪਸ਼ਨ ਹੈ ਕੋਵਿਡ ਤੋਂ ਬਚਨ ਦਾ UK ਦੇ ਵਿੱਚ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ 40000 ਜਿਹੜੇ ਏਜਡ ਜਿਹੜੇ ਬਜ਼ੁਰਗ ਬੰਦੇ ਸੀ ਉਹਨਾਂ ਨੂੰ 40000 ਬੰਦਿਆਂ ਨੂੰ ਉਹਨਾਂ ਨੇ ਵੈਕਸੀਨੇਸ਼ਨ ਕੀਤਾ ਤੇ ਉਥੋਂ ਉਹਨਾਂ ਨੂੰ ਜਿਹੜੀ ਕੋਵਿਡ ਦਾ ਜਿਹੜਾ ਵਾਇਰਸ ਹੈ ਉਹਨਾਂ ਤੇ ਇਫੈਕਟ ਨਹੀਂ ਕਰ ਪਾਇਆ ਮੀਨਸ ਉਹਨਾਂ ਦੀਆਂ ਜਾਨਾਂ ਬਚ ਗਈਆਂ ਇੱਕ ਬਹੁਤ ਵੱਡੀ ਨਿਊਜ਼ ਸੀ UK ਵੱਲੋਂ ਕਿ ਅਸੀਂ ਆਪਣੇ ਜਿਹੜੇ ਬਜ਼ੁਰਗ ਲੋਕਾਂ ਨੂੰ ਵੈਕਸੀਨੇਟ ਕੀਤਾ ਤੇ ਅਸੀਂ 40000 ਜਾਨਾਂ ਬਚਾ ਲਿਆ ਸੋ ਦੋਸਤੋ 18 ਪਲੱਸ ਤੋਂ ਤੁਹਾਨੂੰ ਵੀ ਪਤਾ ਹੈ ਵੈਕਸੀਨੇਸ਼ਨ ਹੋ ਰਹੀ ਹੈ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਵੀ ਆਪਣੀ ਵੈਕਸੀਨੇਸ਼ਨ ਕਰवानी ਚਾਹੀਦੀ ਹੈ ਫਸਟ ਡੋਸ ਲੋ ਕੋਵਿਨ ਦੀ ਜਿਹੜੀ ਸਾਈਟ ਹੈ ਉਹਦੇ ਉੱਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੇ ਕੋਈ ਵੀ ਕੈਂਪ ਲੱਗ ਰਿਹਾ ਤੁਸੀਂ ਉੱਥੇ ਆਪਣੀ ਵੈਕਸੀਨੇਸ਼ਨ ਕਰਾ ਸਕਦੇ ਹੋ ਕਿਉਂਕਿ ਐਦਾਂ ਨਾ ਹੋਵੇ ਕਿ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਫਲਾਈਟਸ ਸਟਾਰਟ ਹੋ ਜਾਣ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਵੈਕਸੀਨੇਸ਼ਨ ਸਰਟੀਫਿਕੇਟ ਨਾ ਹੋਵੇ ਤੇ ਤੁਹਾਨੂੰ 2-3 ਮਹੀਨੇ ਹੋਰ ਵੇਟ ਕਰਨੀ ਪਵੇ। ਦੇਖੋ ਫਰਸਟ ਡੋਸ ਦੀ ਅਵੇਲੇਬਿਲਿਟੀ ਤੇ ਡਿਪੈਂਡ ਹੈ ਕਿ ਅਵੇਲੇਬਿਲਿਟੀ ਤੁਹਾਡੇ ਏਰੀਆ 'ਚ ਕਿੱਦਾਂ ਦੀ ਹੈ। ਬਟ ਮੇਰੇ ਅਕੋਰਡਿੰਗ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲਗਾਣਾ ਹੈ ਜਾਂ ਤੁਸੀਂ ਕੈਨੇਡਾ ਦਾ ਵੀਜ਼ਾ ਆਲਰੇਡੀ ਲਗਾਇਆ ਹੋਇਆ ਹੈ ਤਾਂ ਤੁਸੀਂ ਵੈਕਸੀਨੇਸ਼ਨ ਕਰਵਾ ਲਓ। ਅੱਗੇ ਜਾ ਕੇ ਇਹ ਤੁਹਾਡਾ ਬਹੁਤ ਸਾਰਾ ਟਾਈਮ ਬਚਾਊਗੀ। ਸੋ ਦੋਸਤੋ ਤੁਹਾਨੂੰ ਮੈਂ ਦੱਸਦਾ ਕਿ ਚਾਰ ਤਰ੍ਹਾਂ ਦੀ ਵੈਕਸੀਨੇਸ਼ਨ ਜਿਹੜੀ ਹੈਗੀ ਐ ਉਹ ਇੰਡੀਆ ਦੇ ਵਿੱਚ ਆ ਰਹੀ ਆ ਕੋਵਿਡ ਸ਼ੀਲਡ ਹੈ ਕੋਵੈਕਸਿਨ ਹੈ ਪੀ ਫਾਈਜ਼ਰ ਹੈ ਜੌਨਸਨ ਐਂਡ ਜੌਨਸਨ ਵੀ ਹੈਗੀ ਐ ਤੇ ਉਸ ਤੋਂ ਬਾਅਦ ਰਸ਼ੀਆ ਤੋਂ ਵੈਕਸੀਨ ਹੈਗੀ ਐ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਅਵੇਲੇਬਲ ਹੈਗੀ ਐ ਤੁਹਾਡੇ ਏਰੀਆ 'ਚ ਉਹ ਤੁਸੀਂ ਲਗਵਾ ਸਕਦੇ ਹੋ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਇਸ ਵੈਕਸੀਨੇਸ਼ਨ ਕਰਕੇ ਹੀ ਹੁਣ ਜਿਹੜੇ ਕੇਸਿਸ ਨੇ ਇੰਡੀਆ ਦੇ ਵਿੱਚ ਉਹ ਘਟਣੇ ਸ਼ੁਰੂ ਹੋ ਗਏ ਹੋਰ ਵੀ ਆਪਾਂ ਬਹੁਤ ਸਾਰੀਆਂ ਕੰਟਰੀਜ਼ ਦੇਖਦੇ ਆਪਾਂ ਯੂਰਪ ਦੇ ਵਿੱਚ ਦੇਖ ਲਈਏ ਕੰਟਰੀਜ਼ ਜਿੱਥੇ ਕਿ ਵੈਕਸੀਨੇਸ਼ਨ ਬਹੁਤ ਵੱਡੇ ਲੈਵਲ ਤੇ ਹੋਈ ਉੱਥੇ ਜਿਹੜੇ ਕੇਸਿਸ ਨੇ ਬਹੁਤ ਘਟ ਗਏ ਚਾਈਨਾ ਦੇ ਵਿੱਚ ਵੈਕਸੀਨੇਸ਼ਨ ਬਹੁਤ ਵੱਡੇ ਲੈਵਲ ਤੇ ਹੋਈ ਉੱਥੇ ਕੇਸਿਸ ਘਟ ਗਏ ਯੂ ਐਸ ਏ ਦੇ ਵਿੱਚ ਵੈਕਸੀਨੇਸ਼ਨ ਬਹੁਤ ਵੱਡੇ ਲੈਵਲ ਤੇ ਹੋਈ ਹਾਲੇ ਕਿ ਯੂ ਐਸ ਏ ਦੇ ਵਿੱਚ ਸਿਰਫ 23% ਲੋਕਾਂ ਨੂੰ ਹੀ ਵੈਕਸੀਨੇਟ ਹੋਈ ਹੈ ਜੀ ਮਤਲਬ ਕੰਪਲੀਟ ਵੈਕਸੀਨੇਟ ਜਿਹੜੀ ਦੋ ਡੋਸਿਸ ਲੱਗੀਆਂ ਨੇ ਬਟ ਫਿਰ ਵੀ ਯੂ ਐਸ ਏ ਦੇ ਵਿੱਚ ਕੇਸਿਸ ਘਟਨੇ ਕਿ ਉਹਨਾਂ ਦੇ ਜਿਹੜਾ ਪ੍ਰੈਜ਼ੀਡੈਂਟ ਨੇ ਜੋਬ ਹਿਡਨ ਉਹਨਾਂ ਨੇ ਆਲਰੇਡੀ ਕਹਿਤਾ ਕਿ ਜੇ ਤੁਸੀਂ ਦੋਨੋਂ ਸ਼ਾਰਟ ਲਗਵਾ ਲੇ ਜਾਂ ਤੁਸੀਂ ਕੰਪਲੀਟਲੀ ਵੈਕਸੀਨੇਟ ਹੋ ਤਾਂ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਸੋ ਦੋਸਤੋ ਇੱਕ ਵੱਡੀ ਆਪਸ਼ਨ ਆ ਆਪਣੇ ਕੋਲ ਕਿ ਜੇ ਤੁਸੀਂ ਕੋਵਿਡ ਤੋਂ ਬਚਣਾ ਚਾਹੁੰਦੇ ਹੋ ਤਾਂ ਪਲੀਜ਼ ਵੈਕਸੀਨੇਟ ਜ਼ਰੂਰ ਹੋ ਆਪਣੇ ਮਦਰ ਫਾਦਰ ਨੂੰ ਜਾਂ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਹੈ ਤਾਂ ਉਹਨਾਂ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਓ ਦੋਸਤੋ ਕੈਨੇਡਾ ਬਹੁਤ ਪੋਜ਼ਿਟਿਵ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਕੈਨੇਡਾ ਦੇ ਨਾਲ ਬਾਇਓਮੈਟ੍ਰਿਕ ਹੋ ਰਿਹਾ ਨਾ ਮੈਡੀਕਲ ਹੋ ਰਿਹਾ ਬਟ ਫਿਰ ਵੀ ਜੇ ਤੁਸੀਂ ਆਪਣੀ ਫਾਈਲ ਕਿਤੇ ਨਾ ਕਿਤੇ ਰੋਕੀ ਹੋਈ ਹੈ ਜਾਣ ਬੁੱਝ ਕੇ ਤਾਂ ਪਲੀਜ਼ ਆਪਣੀ ਫਾਈਲ ਨਾ ਰੋਕੋ ਤੁਸੀਂ ਆਪਣਾ ਆਫਰ ਲੈਟਰ ਲਓ ਆਪਣੀ ਫੀਸ ਭਰਾਓ ਜੀਆਈਸੀ ਆਪਣਾ ਭਰਾਓ ਆਪਣਾ ਐਲਓਏ ਲਵੋ ਤੇ ਆਪਣੀ ਫਾਈਲ ਵਿਦਆਊਟ ਬਾਇਓਮੈਟ੍ਰਿਕ ਤੇ ਵਿਦਆਊਟ ਮੈਡੀਕਲ ਵੀ ਤੁਸੀਂ ਆਪਣੀ ਫਾਈਲ ਲਾਂਚ ਕਰ ਸਕਦੇ ਹੋ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਫਾਈਲ ਲਾਂਚ ਹੋ ਜੂਗੀ ਤੁਹਾਡੇ ਕੋਲ ਜਿਹੜਾ ਫਾਈਲ ਸਬਮਿਸ਼ਨ ਲੈਟਰ ਜ਼ਰੂਰ ਆਜੂਗਾ ਤੁਹਾਡੇ ਕੋਲ ਜਦੋਂ ਵੀ ਤੁਹਾਡੀ ਫਾਈਲ ਵੀਜ਼ਾ ਆਫੀਸਰ ਵੱਲੋਂ ਪਿਕ ਕੀਤੀ ਜਾਊਗੀ ਤਾਂ ਉਹ ਤੁਹਾਨੂੰ ਬਾਇਓਮੈਟ੍ਰਿਕ ਦੀ ਅਪ pointment ਤੇ ਤੁਹਾਨੂੰ ਮੈਡੀਕਲ ਮੰਗਣਗੇ ਜਦੋਂ ਵੀ ਉਹ ਤੁਹਾਡੇ ਤੋਂ ਮੈਡੀਕਲ ਮੰਗਣਗੇ ਜੇ ਇੰਡੀਆ ਦੇ ਵਿੱਚ ਸਾਰਾ ਕੁਝ ਓਪਨ ਹੋਇਆ ਤਾਂ ਤੁਸੀਂ ਆਪਣੀ ਦੋਨੋਂ ਚੀਜ਼ਾਂ ਪ੍ਰੋਵਾਈਡ ਕਰਾ ਸਕਦੇ ਹੋ ਦੋਸਤੋ ਇਹ ਗੱਲ ਹੈਗੀ ਹੈ ਲਾਈਨ ਦੇ ਵਿੱਚ ਲੱਗਣ ਦੀ ਤੁਸੀਂ ਕਯੂ ਦੇ ਵਿੱਚ ਲੱਗੋਗੇ ਤਾਹੀ ਤੁਹਾਡਾ ਵੀਜ਼ਾ ਆਊਗਾ ਤੁਸੀਂ ਕਯੂ ਦੇ ਵਿੱਚ ਨਹੀਂ ਲੱਗੋਗੇ ਵੇਟ ਕਰੀ ਜਾਓਗੇ ਸਾਰਾ ਕੁਝ ਓਪਨ ਹੋਣ ਦੀ ਇੱਕ ਦਿਨ ਐਦਾਂ ਦਾ ਆਣਾ ਕਿ ਓਪਨ ਹੋ ਜਾਣਾ ਹੈ ਸਾਰਾ ਕੁਝ ਬਟ ਤੁਸੀਂ ਜ਼ੀਰੋ ਤੇ ਬੈਠਾ ਹੋਣਾ ਦੋਸਤੋ ਜ਼ੀਰੋ ਤੇ ਬੈਠਣ ਨਾਲੋਂ ਵਧੀਆ ਹੈ ਕਿ ਆਪਾਂ ਕਿਤੇ ਨਾ ਕਿਤੇ ਪਹੁੰਚੀਏ ਆਪਾਂ ਹਮੇਸ਼ਾ ਕਹਿੰਦੇ ਆ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਸੋ ਜ਼ੀਰੋ ਨਾਲੋਂ ਆਪਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਟੈਪ ਨੂੰ ਆਪਾਂ ਕ੍ਰਾਸ ਕਰੀਏ ਤਾਂ ਜੋ ਜਦੋਂ ਵੀ ਸਾਰਾ ਕੁਝ ਓਪਨ ਹੋਵੇ ਸਾਰਾ ਕੁਝ ਨਾਰਮਲ ਹੋਵੇ ਤਾਂ ਤੁਸੀਂ ਆਪਣਾ ਵੀਜ਼ਾ ਸਕਸੈਸਫੁਲੀ ਲੈ ਸਕੋ ਸੋ ਦੋਸਤੋ 15 ਮਈ ਨਿਕਲ ਚੁੱਕਿਆ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਮਨਨ ਸਾਰੇ ਸਟੂਡੈਂਟਸ ਨੂੰ ਕੌਂਗratulations ਕਰਨਾ ਚਾਹੂੰਗਾ ਜਿਨ੍ਹਾਂ ਨੇ ਕੀ ਸਾਡੇ ਤੇ ٹرسٹ ਕੀਤਾ ਭਰੋਸਾ ਕੀਤਾ ਸਾਡੇ ਤੇ ਆਪਣੇ ਫਿਊਚਰਸ ਤੁਸੀਂ ਸਾਡੇ ਹੱਥ ਦੇ ਵਿੱਚ ਦਿੱਤੇ ਆਈ ਵੀਜ਼ਾ ਇਮੀਗ੍ਰੇਸ਼ਨ ਨੂੰ ਤੁਸੀਂ ਆਪਣੀਆਂ ਫਾਈਲਸ ਦਿੱਤੀਆਂ ਚਾਹੇ ਉਹ ਆਨਲਾਈਨ ਦਿੱਤੀਆਂ ਜਾਂ ਫਿਰ ਆਫਲਾਈਨ ਦਿੱਤੀਆਂ ਤੇ ਅਸੀਂ ਤੁਹਾਡੇ ਭਰੋਸੇ ਤੇ 100% खरे ਉਤਰੇ ਜਿੰਨੀਆਂ ਵੀ ਫਾਈਲਾਂ ਮੇਰੇ ਕੋਲ 15 ਮਈ ਦੇ 6 ਵਜੇ ਤੱਕ ਕਈਆਂ ਸੀ ਉਹ ਮੈਂ ਸਾਰੀਆਂ ਫਾਈਲਾਂ ਪ੍ਰੋਸੈਸ ਕੀਤੀਆਂ ਨੇ ਜਿੰਨੀਆਂ ਵੀ ਕੰਪਲੀਟ ਫਾਈਲਸ ਆਈਆਂ ਸੀ ਚਾਹੇ ਉਹ ਕਿਸੇ ਦਾ ਕੇਸ ਰਿਫਿਊਜ਼ ਹੋ ਗਿਆ ਸੀਗਾ ਜਾਂ ਫਿਰ ਕਿਸੇ ਨੇ ਨਵਾਂ ਕੇਸ ਲਗਾ ਕੇ ਆਪਣਾ ਜਿਹੜਾ ਪੁਰਾਣਾ ਰਿਫਿਊਜ਼ਲ ਤੋਂ ਨਵੀਂ ਆਫਰ ਲੈਟਰ ਤੇ ਨਵਾਂ ਐਲਓਏ ਮੰਗਵਾ ਕੇ ਕੇਸ ਲਾਂਚ ਕਰਨਾ ਸੀ ਚਾਹੇ ਕਿਸੇ ਨੇ ਆਪਣਾ ਡੀਐਲਆਈ ਚੇਂਜ ਕਰਨਾ ਸੀ ਉਹਨਾਂ ਸਾਰੇ ਸਟੂਡੈਂਟਸ ਦੀਆਂ ਫਾਈਲਾਂ ਆਪਾਂ ਲਾਂਚ ਕੀਤੀਆਂ ਨੇ ਤੇ ਮੇਰੀ ਸਾਰੀ ਟੀਮ ਮੇਰਾ ਜਿੰਨਾ ਵੀ ਆਈ ਵੀਜ਼ਾ ਇਮੀਗ੍ਰੇਸ਼ਨ ਦਾ ਸਟਾਫ ਹੈ ਉਹ ਸਾਰੇ ਬਹੁਤ ਖੁਸ਼ ਨੇ ਆਪਣੇ ਆਪ ਨੂੰ ਬੜਾ ਮੋਟੀਵੇਟ ਫੀਲ ਕਰ ਰਹੇ ਆ ਕਿ ਤੁਸੀਂ ਇੰਨੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਦੋਸਤੋ ਮੈਂ ਉਸ ਦਿਨ ਰਾਤੀ ਲਾਈਵ ਵੀ ਪਾਇਆ ਸੀਗਾ 15 ਤਰੀਕ ਨੂੰ ਕਿ ਅਸੀਂ ਤੁਹਾਡੀ ਸਾਰਿਆਂ ਦੀਆਂ ਫਾਈਲਜ਼ ਨੂੰ ਪ੍ਰੋਸੈਸ ਕਰ ਰਹੇ ਆ ਤੁਹਾਡੇ ਪ੍ਰੋਸੈਸ ਅਦਕਾਈ ਅਸੀਂ ਇੱਥੇ ਤੱਕ ਪਹੁੰਚ ਪਾਏ ਆ ਸੋ ਦੋਸਤੋ ਤੁਸੀਂ ਜੇ ਆਪਣਾ ਕੋਈ ਵੀ ਕੁਐਸਚਨ ਕੋਈ ਵੀ ਕੁਇਰੀ ਹੈ ਸਾਡੇ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ نیچے ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ ਉੱਥੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਮੇਰੇ ਨਾਲ ਜੁੜ ਸਕਦੇ ਹੋ ਇੰਸਟਾਗ੍ਰਾਮ ਤੇ ਮੈਂ 30 ਮਿੰਟ ਦੇ ਵਿੱਚ ਜੋ ਵੀ ਕੁਐਰੀ ਹੁੰਦੀ ਹੈ ਉਹਦਾ ਮੈਂ ਜਵਾਬ ਦਿੰਨਾ ਹੈ ਜਿਹੜਾ ਵੀ ਮੈਸੇਜ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਡ੍ਰੌਪ ਕਰੋਗੇ ਚਾਹੇ ਉਹ ਆਈ ਵੀਜ਼ਾ ਇਮੀਗ੍ਰੇਸ਼ਨ ਦੇ ਪੇਜ ਤੇ ਜਾਂ ਫਿਰ ਸੁਖਵਿੰਦਰ ਵੀਜ਼ਾ ਐਕਸਪਰਟ ਦੇ ਪੇਜ ਤੇ ਤੁਸੀਂ ਜਿਹੜਾ ਵੀ ਕੁਐਸਚਨ ਉੱਥੇ ਡ੍ਰੌਪ ਕਰੋਗੇ ਮੈਂ ਤੁਹਾਡਾ ਜਵਾਬ ਉੱਥੇ 30 ਮਿੰਟ ਦੇ ਵਿੱਚ ਦਵਾਂਗਾ ਸੋ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਪੋਜ਼ਿਟਿਵ ਅਪਡੇਟ ਨਾਲ ਸਤਿ ਸ਼੍ਰੀ ਅਕਾਲ ਜੀ